ਬਿਸ਼ਪ ਰਿਆਜ ਮਸੀਹ ਤੇਜਾ ਸਰਪ੍ਰਸਤ ਚਰਚ ਆਫ ਸੁਖਨਾਰ ਚੈਰੀਟੇਬਲ ਟਰੱਸਟ ਬੜੀ ਨਿਮਰਤਾ ਸਹਿਤ ਬੜੇ ਦੁੱਖ ਨਾਲ ਆਪਣੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜੋ 9 ਤਰੀਕ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸਾਰੇ ਵੀਰ ਭਰਾ ਉਸ ਸੱਦੇ ਨੂੰ ਪ੍ਰਵਾਨ ਕਰਨ ਕਿਉਂਕਿ ਬੜੀ ਖੁਸ਼ੀ ਨਾਲ ਨਹੀਂ ਬੜੇ ਦੁੱਖ ਨਾਲ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਪੰਜਾਬ ਬੰਦ ਕਰਕੇ ਆਪਣੀ ਹਮਦਰਦੀ ਉਹਨਾਂ ਭੈਣ ਭਰਾਵਾਂ ਨਾਲ ਯਾਰ ਕਰੀਏ ਜਿਹੜੇ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਨੇ ਜਿਨ੍ਹਾਂ ਧੀਆਂ ਦੀ ਇੱਜ਼ਤ ਚਲੀ ਗਈ ਆ ਜਿਨ੍ਹਾਂ ਦੇ ਵਿੱਚ ਧੀਆਂ ਵੀ ਨੇ ਬੱਚਿਆਂ ਵਾਲੀਆਂ ਭੈਣਾਂ ਅਤੇ ਬਹੁਤ ਸਾਰੇ ਬਜ਼ੁਰਗ ਲੋਕ ਨੌਜਵਾਨ ਨੇ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਅਤੇ ਜਿਨ੍ਹਾਂ ਦੀ ਇੱਜ਼ਤ ਚਲੀ ਗਈ ਆ ਉਹ ਕਦੇ ਵਾਪਸ ਨਹੀਂ ਆ ਸਕਦੀ ਅਤੇ ਬੜੇ ਦੁੱਖ ਦੇ ਨਾਲ ਮੈਂ ਆਪਣੇ ਸਾਰੇ ਭਰਾਵਾਂ ਨੂੰ ਅਪੀਲ ਕਰਨਾ ਸਕੂਲਾਂ ਵਾਲਿਆਂ ਨੂੰ ਕਾਲਜਾਂ ਵਾਲਿਆਂ ਨੂੰ ਅਪੀਲ ਕਰਨਾ ਭਾਈ ਬੁੱਧਵਾਰ ਨੂੰ ਆਪਣੇ ਸਕੂਲ ਕਾਲਜ ਬੰਦ ਕਰੋ ਭਰਾ ਸਾਡੇ ਜਿਹੜੇ ਵੱਡੀਆਂ ਮਾਰਕੀਟਾਂ ਦੇ ਮਾਲਕ ਨੇ ਵੱਡੀਆਂ ਦੁਕਾਨਾਂ ਵਾਲੇ ਨੇ ਨੁਕਸਾਨ ਤਾਂ ਬਹੁਤ ਹੋਣਾ ਪਰ ਜੇਕਰ ਸਾਡਾ ਇਹ ਥੋੜ੍ਹਾ ਜਿਹਾ ਨੁਕਸਾਨ ਕਰਨ ਦੇ ਨਾਲ ਸਾਡੇ ਉਹਨਾਂ ਭਰਾਵਾਂ ਨੂੰ ਸਾਡੀਆਂ ਉਹਨਾਂ ਭੈਣਾਂ ਨੂੰ ਉਹਨਾਂ ਵਿਛੜੀਆਂ ਰੂਹਾਂ ਨੂੰ ਸਕੂਨ ਮਿਲੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡੇ ਮਗਰ ਕੋਈ ਹੈਗਾ ਸੋ ਪਿਆਰੇ ਉਹ ਦਿਨ ਰੱਖੜੀ ਦੇ ਦਿਨ ਆ ਰਹੇ ਨੇ ਅਤੇ ਆਪਣੇ ਆਪਣੇ ਧੀਆਂ ਵਾਲੇ ਉਹ ਭੈਣਾਂ ਵਾਲੇ ਉਹ ਕਿਉਂਕਿ ਅਸੀਂ ਸਾਰੇ ਧੀਆਂ ਵਾਲੇ ਵੀ ਹਾਂ ਭੈਣਾਂ ਵਾਲੇ ਵੀ ਹਾਂ ਅਤੇ ਇਹ ਚੀਜ਼ ਨੂੰ ਮਹਿਸੂਸ ਕਰਿਓ ਵੀ ਜਦੋਂ ਧੀ ਰੱਖੜੀ ਬੰਨ੍ਹਦੀ ਆ ਭੈਣ ਰੱਖੜੀ ਬੰਨ੍ਹਦੀ ਆ ਅਤੇ ਉਹ ਕਿੰਨੇ ਪਿਆਰ ਦੇ ਨਾਲ ਰੱਖੜੀ ਬੰਨ੍ਹਦੀ ਆ ਅਤੇ ਭਰਾਵਾਂ ਨੂੰ ਕਿੰਨਾ ਮਾਣ ਮਹਿਸੂਸ ਹੁੰਦਾ ਅਤੇ ਵਿਚਾਰ ਕਰਿਓ ਵੀ ਧੀ ਸਕੂਲੇ ਜਾਂਦੀ ਹੋਵੇ ਅਤੇ ਉਹਨੂੰ ਵੱਖਰੀ ਗੱਡੀ ਲੈ ਕੇ ਦੇਈਦੀ ਆ ਬਈ ਇਹਨੂੰ ਕਿਸੇ ਨਾਲ ਕੋਈ ਸਿਰਦਰਦੀ ਨਾ ਕਰਨੀ ਪਵੇ ਕੋਈ ਸਾਡੀ ਧੀ ਨੂੰ ਪਰੇਸ਼ਾਨ ਨਾ ਕਰਨ ਲੱਗ ਪਏ ਬੱਸਾਂ ਦੇ ਵਿੱਚ ਜਾਂਦਿਆਂ ਧੀਆਂ ਦਾ ਬੜਾ ਧਿਆਨ ਰੱਖਿਆ ਜਾਂਦਾ ਵੀ ਸਾਡੀ ਧੀ ਨੂੰ ਕੋਈ ਪਰੇਸ਼ਾਨ ਨਾ ਕਰੇ ਅਤੇ ਜਿਹੜੀ ਧੀ ਦੇ ਨਾਲ ਇੰਨਾ ਜ਼ੁਲਮ ਹੋ ਗਿਆ ਜਿਹੜੀ ਮਾਂ ਦੇ ਨਾਲ ਇੰਨਾ ਜ਼ੁਲਮ ਹੋ ਗਿਆ ਅਸੀਂ ਸਾਰੇ ਹੀ ਇਸ ਚੀਜ਼ ਨੂੰ ਇਸ ਦੁੱਖ ਨੂੰ ਮਹਿਸੂਸ ਕਰੀਏ ਭਈ ਉਹ ਵੀ ਕਿਸੇ ਦੀਆਂ ਧੀਆਂ ਸਨ ਕਿਸੇ ਦੀਆਂ ਭੈਣਾਂ ਸਨ ਕਿਸੇ ਦੀਆਂ ਮਾਵਾਂ ਸਨ ਉਸ ਫੌਜੀ ਵੀਰ ਨੂੰ ਜਿਸ ਫੌਜੀ ਨੇ ਕਾਰਗਿਲ ਦੀ ਜੰਗ ਜਿੱਤ ਕੇ ਸਾਡੇ ਦੇਸ਼ ਦਾ ਮਾਣ ਵਧਾਇਆ ਅਤੇ ਕਾਰਗਿਲ ਦੀ ਪਹਾੜੀ ਨੂੰ ਆਜ਼ਾਦ ਕਰਵਾ ਕੇ ਅਤੇ ਸਾਡਾ ਉੱਥੇ ਝੰਡਾ ਬੁਲੰਦ ਕੀਤਾ ਦੇਸ਼ ਦਾ ਝੰਡਾ ਬੁਲੰਦ ਕੀਤਾ ਅੱਜ ਉਹ ਆਪਣਾ ਘਰ ਹਾਰ ਗਿਆ ਜਦਕਿ ਆਪਣੀ ਉਹ ਤੀਵੀ ਦੀ ਇੱਜ਼ਤ ਨਹੀਂ ਬਚਾ ਸਕਿਆ ਸੋ ਬਾਕੀ ਜਿਹੜੇ ਇਹੋ ਜਿਹੇ ਕੁਝ ਸ਼ਰਾਰਤੀ ਅੰਸਰ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਕੋਈ ਜਾਤ ਨਹੀਂ ਹੁੰਦਾ ਇਸ ਕਰਕੇ ਸਾਡੀ ਲੜਾਈ ਕਿਸੇ ਜਾਤ ਨਾਲ ਕਿਸੇ ਧਰਮ ਨਾਲ ਨਹੀਂ ਸਾਡੀ ਲੜਾਈ ਸਿਰਫ ਉਹਨਾਂ ਵਿਰੋਧੀਆਂ ਨਾਲ ਆ ਧੀ ਕਿਸੇ ਦੀ ਵੀ ਸਾਥੀ ਹੋ ਸਕਦੀ ਆ ਧੀ ਮੁਸਲਮਾਨ ਵੀ ਹੋ ਸਕਦੀ ਆ ਧੀ ਸਿੱਖ ਵੀ ਹੋ ਸਕਦੀ ਆ ਧੀ ਹਿੰਦੂ ਵੀ ਹੋ ਸਕਦੀ ਆ ਧੀਆਂ ਭੈਣਾਂ ਦੇਸ਼ ਦੀਆਂ ਸਾਂਝੀਆਂ ਹੁੰਦੀਆਂ ਨੇ ਅਤੇ ਜਦੋਂ ਧੀਆਂ ਭੈਣਾਂ ਸਾਂਝੀਆਂ ਨੇ ਅਤੇ ਜਿੱਥੇ ਅਸੀਂ ਬੇਟੀ ਪੜਾਓ ਬੇਟੀ ਬਚਾਓ ਦਾ ਨਾਰਾ ਲਾਉਂਦੇ ਹਾਂ ਨੰਨੀ ਸਾਂ ਦਾ ਨਾਰਾ ਲਾਉਂਦੇ ਹਾਂ ਧੀਆਂ ਦੀ ਰਖਵਾਲੀ ਕਰਨ ਦਾ ਅਸੀਂ ਰੱਖੜੀ ਵਾਲੇ ਦਿਨ ਧੀਆਂ ਭੈਣਾਂ ਦੀ ਇੱਜ਼ਤ ਦੀ ਰਖਵਾਲੀ ਕਰਨ ਦਾ ਅਸੀਂ ਇੱਕ ਪਿਆਰ ਦਾ ਤੰਦ ਬਣਾਉਂਦੇ ਹਾਂ ਅਤੇ ਉੱਥੇ ਪਿਆਰੇ ਹੁਣ ਅਸੀਂ ਵੀ ਬੇਵਾਸਿਆਂ ਇੱਥੇ ਬੈਠੇ ਹੋਏ ਕਿਉਂਕਿ ਅਸੀਂ ਉਹਨਾਂ ਦੀ ਹੋਰ ਕੋਈ ਮਦਦ ਨਹੀਂ ਕਰ ਸਕਦੇ ਸਿਵਾਏ ਭਰੋਸਾ ਦਿਵਾਉਣ ਤੋਂ ਸਿਵਾਏ ਹਮਦਰਦੀ ਯਾਰ ਕਰਨ ਤੋਂ ਇਸ ਕਰਕੇ ਹਮਦਰਦੀ ਯਾਰ ਕਰਦਿਆਂ ਹੋਇਆਂ 9 ਦੀ ਬੰਦ ਦੀ ਜਿਹੜੀ ਕਾਲ ਆ ਪੰਜਾਬ ਬੰਦ ਦੀ ਪੂਰੇ ਪੰਜਾਬ ਵਾਸੀਆਂ ਨੂੰ ਮੇਰੀ ਬੇਨਤੀ ਹੈ ਵੀ ਇਹ ਕਾਲ ਨੂੰ ਪ੍ਰਵਾਨ ਕਰਿਓ ਪੰਜਾਬ ਨੂੰ ਬੰਦ ਕਰੀਏ ਉਹਨਾਂ ਨਾਲ ਹਮਦਰਦੀ ਕਰੀਏ ਖਾਸ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਸਾਰਿਆਂ ਨੂੰ ਮੇਰੀ ਅਪੀਲ ਆ ਭਈ ਆਪਾਂ ਇਹ ਨਾ ਵੇਖੀਏ ਵੀ ਸਾਡਾ ਕਿੰਨਾ ਨੁਕਸਾਨ ਹੋਣਾ ਦੁਕਾਨਾਂ ਬੰਦ ਹੋਣੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੋਰ ਵੀ ਕੋਈ ਕੁਦਰਤੀ ਆਫਤ ਆ ਜਾਵੇ ਅਤੇ ਫਿਰ ਵੀ ਅਸੀਂ ਬੰਦ ਕਰਦੇ ਹਾਂ ਕੋਈ ਘਰ 'ਚ ਪ੍ਰੋਬਲਮ ਹੋ ਜਾਵੇ ਫਿਰ ਵੀ ਅਸੀਂ ਬੰਦ ਕਰਦੇ ਹਾਂ ਅਤੇ ਇਹ ਦੇਸ਼ ਦੀਆਂ ਧੀਆਂ ਦੇ ਨਾਂ 'ਤੇ ਤੁਸੀਂ ਬੰਦ ਕਰਨੀਆਂ ਨੇ
ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ। ਮੈਂ ਦੱਸ ਨਹੀਂ ਸਕਦਾ ਵੀ ਉਹਨਾਂ ਨਾਲ ਕੀ ਹੋਇਆ, ਕਿਉਂਕਿ ਅਸੀਂ ਜਿੱਦਣ ਪਹਿਲੇ ਦਿਨ ਉਹ ਵੀਡੀਓ ਵੇਖੀਆਂ ਅਸੀਂ ਚੰਗੇ ਢੰਗ ਨਾਲ ਸੌ ਨਹੀਂ ਸਕੇ। ਏਸੀ ਥੱਲੇ ਵੀ ਇੰਝ ਹੁੰਦਾ ਸੀਗਾ ਵੀ ਜਿਵੇਂ ਤਲਖੀ ਹੁੰਦੀ ਆ। ਸੋ ਇਸ ਕਰਕੇ ਮੇਰੇ ਪਿਆਰੇ ਭਰਾਓ, ਮੇਰੀ ਉਹ ਭੈਣੋ, ਤੁਸੀਂ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਜੇ, ਭਾਵੇਂ ਨੌਜਵਾਨ ਕੁਆਰੀਆਂ ਜੇ ਅਤੇ ਭਾਵੇਂ ਸ਼ਾਦੀਸ਼ੁਦਾ ਜੇ, ਸ਼ਾਦੀਸ਼ੁਦਾ ਭੈਣਾਂ ਵੀ ਬੜੀ ਰੀਝ ਨਾਲ ਭਰਾਵਾਂ ਵੱਲ ਨੂੰ ਜਾਂਦੀਆਂ ਨੇ, ਅਤੇ ਤੁਸੀਂ ਵੀ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਅਤੇ ਆਪਣੇ ਜੀਵਨ ਸਾਥੀਆਂ ਨੂੰ, ਆਪਣੇ ਭਰਾਵਾਂ ਨੂੰ ਉਸ ਦਿਨ ਦੁਕਾਨਾਂ ਬੰਦ ਰੱਖਣ ਦੀ ਸਾਡੇ ਵੱਲੋਂ ਵੀ ਅਪੀਲ ਕਰਿਓ। ਦੁਕਾਨਾਂ, ਸਕੂਲ, ਕਾਲਜ ਸਭ ਚੀਜ਼ਾਂ ਨੂੰ ਬੰਦ ਕਰਕੇ ਅਤੇ ਆਓ ਉਹਨਾਂ ਨਾਲ ਹਮਦਰਦੀ ਜ਼ਾਹਰ ਕਰੀਏ ਜਿਹੜਾ ਜਿਨ੍ਹਾਂ ਦੀ ਇੱਜ਼ਤ ਲੁੱਟੀ ਗਈ ਹੈ, ਜਿਹੜੀਆਂ ਕਿਸੇ ਥਾਂ ਦੀਆਂ ਨਹੀਂ ਰਹੀਆਂ। ਉਹ ਤਾਂ ਚੰਦ ਨੇ ਜਿਹੜੀਆਂ ਚੰਦ ਚੰਦ ਮਿੰਟ ਥੋੜ੍ਹੇ ਸੈਕਿੰਡਾਂ ਦੀ ਅਸੀਂ ਵੀਡੀਓ ਵੇਖੀ ਆ, ਪਤਾ ਨਹੀਂ ਉੱਥੇ ਕੀ ਹੋਇਆ। ਅਜੇ ਕੱਲ੍ਹ ਤੱਕ ਵੀ, ਕੱਲ੍ਹ ਅੱਜ ਵੀ ਖਬਰ ਆਈ ਆ ਵੀ ਉੱਥੇ ਬਹੁਤ ਸਾਰੇ ਅਜੇ ਵੀ ਦੰਗੇ ਹੋ ਰਹੇ ਨੇ, ਬਹੁਤ ਸਾਰੇ ਬੰਦੇ, 15 ਬੰਦੇ ਮਾਰੇ ਗਏ ਨੇ, ਘਰ ਸਾੜੇ ਗਏ ਨੇ ਅਤੇ ਬੜਾ ਕੁਝ ਹੋ ਰਿਹਾ। ਸੋ ਇਸ ਕਰਕੇ ਉਹਨਾਂ ਜਿਨ੍ਹਾਂ ਦੇ ਘਰ ਸੜੇ ਗਏ ਨੇ ਉਹਨਾਂ ਨਾਲ ਹਮਦਰਦੀ ਜ਼ਾਹਰ ਕਰੀਏ। ਜਿਸ ਫੌਜੀ ਜਵਾਨ ਦੀ ਪਤਨੀ ਦੀ ਇੱਜ਼ਤ ਨਿਲਾਮ ਹੋ ਗਈ ਆ ਉਹਦੇ ਨਾਲ ਹਮਦਰਦੀ ਜ਼ਾਹਰ ਕਰੀਏ, ਅਤੇ ਹੋਰ ਵੀ ਸਾਡੇ ਫੌਜੀ ਵੀਰ ਜਿਹੜੇ ਸਰਹੱਦਾਂ 'ਤੇ ਨੇ ਉਹਨਾਂ ਨੂੰ ਵੀ ਇਹ ਮਾਣ ਮਹਿਸੂਸ ਹੋਵੇ ਵੀ ਜੇਕਰ ਅਸੀਂ ਆਪਣੀਆਂ ਧੀਆਂ ਨੂੰ, ਭੈਣਾਂ ਨੂੰ ਛੱਡ ਕੇ ਬਾਰਡਰਾਂ 'ਤੇ ਆਏ ਹੋਏ ਹਾਂ, ਅਤੇ ਅਗਰ ਕੋਈ ਕਿਸੇ ਨੇ ਸਾਡੀਆਂ ਧੀਆਂ ਭੈਣਾਂ ਵੱਲ ਅੱਖ ਚੁੱਕੀ ਤਾਂ ਪੂਰਾ ਪੰਜਾਬ ਸਾਡੇ ਮਗਰ ਖਲੋਏਗਾ, ਪੂਰਾ ਦੇਸ਼ ਸਾਡੇ ਮਗਰ ਖਲੋਏਗਾ। ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰਿਆਂ ਭਰਾਵਾਂ ਨੂੰ, ਸਾਰੀਆਂ ਭੈਣਾਂ ਨੂੰ, ਸਾਰੀਆਂ ਕੌਮਾਂ ਦੇ ਭਰਾਵਾਂ ਨੂੰ, ਆਪਣੀਆਂ ਭੈਣਾਂ ਨੂੰ ਮੈਂ ਅਪੀਲ ਕਰਨਾ ਵੀ ਆਓ 9 ਤਰੀਕ ਦੇ ਬੰਦ ਦੇ ਸੱਦੇ ਦਾ ਸਮਰਥਨ ਕਰੀਏ। ਮੈਂ ਵੀ ਆਪਣੇ ਵੱਲੋਂ, ਸਰਵਜਨ ਸਮਾਜ ਪਾਰਟੀ ਵੱਲੋਂ, ਮਹਾਰਾਜਾ ਦੌਰ ਯੂਥ ਕ੍ਰਿਸਚਨ ਦਲ ਵੱਲੋਂ ਇਸ ਬੰਦ ਦੇ ਸੱਦੇ ਦਾ ਸਮਰਥਨ ਕਰਨਾ ਔਰ ਤਨੋ ਮਨੋ ਹੋ ਕੇ ਸਮਰਥਨ ਕਰਦਾ, ਔਰ ਨਾਲ ਹੀ ਨੌਜਵਾਨਾਂ ਨੂੰ ਅਪੀਲ ਕਰਾਂਗਾ ਵੀ ਜਿਹੜੇ ਨੌਜਵਾਨਾਂ ਨੇ ਉਸ ਦਿਨ ਧਰਨੇ ਵਗੈਰਾ ਦੇਣੇ ਨੇ ਚੌਂਕਾਂ ਦੇ ਵਿੱਚ, ਉਸ ਦਿਨ ਬੇਨਤੀ ਇਹ ਆ ਨਾ ਕਿਸੇ ਸਾਦੀ ਵਾਲੇ ਬੰਦੇ ਨੂੰ ਡੱਕਿਆ ਜਾਵੇ, ਬਰਾਤ ਡੱਕੀ ਜਾਵੇ, ਨਾ ਕੋਈ ਸ਼ਗਨ 'ਤੇ ਜਾ ਰਿਹਾ ਉਹਨੂੰ ਨਾ ਡੱਕਿਆ ਜਾਵੇ, ਕਿਸੇ ਬਿਮਾਰ ਨੂੰ ਨਾ ਡੱਕਿਆ ਜਾਵੇ। ਅਗਰ ਕੋਈ ਭੁੱਲ ਭੁਲੇਖੇ ਆਉਂਦਾ ਤੁਹਾਡੇ ਕੋਲ ਤਾਂ ਹੱਥ ਜੋੜ ਕੇ ਉਹਨੂੰ ਬੇਨਤੀ ਕੀਤੀ ਜਾਵੇ ਅਤੇ ਉਹਨੂੰ ਦੱਸਿਆ ਜਾਵੇ ਵੀ ਭਰਾਵਾ ਸਾਡੀ ਮਜਬੂਰੀ ਆ ਤੁਹਾਡਾ ਰਾਹ ਰੋਕਣ ਦੀ, ਨਹੀਂ ਤਾਂ ਅਸੀਂ ਤੁਹਾਡਾ ਰਾਹ ਕਿਉਂ ਰੋਕਾਂਗੇ, ਅਸੀਂ ਤੁਹਾਡੇ ਭਰਾ ਵਾਂ, ਤੁਹਾਡੀਆਂ ਭੈਣਾਂ ਵਾਂ, ਤੁਹਾਡੀਆਂ ਭੈਣਾਂ ਨੇ ਉਹ ਵੀ ਜਿਨ੍ਹਾਂ ਦੀ ਇੱਜ਼ਤ ਬਰਬਾਦ ਹੋ ਗਈ ਆ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਇੱਕ ਵਾਰੀ ਫਿਰ ਤੋਂ ਸਾਰੇ ਭਰਾਵਾਂ ਨੂੰ, ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਵੀ ਇਹੋ ਜਿਹਾ ਬੰਦ ਦਾ ਸੁਨੇਹਾ ਦਿਓ ਕਿ ਉਹਨਾਂ ਦੇ ਜ਼ਖਮਾਂ 'ਤੇ ਥੋੜ੍ਹੀ ਜਿਹੀ ਮਰਮ ਦਾ ਕੰਮ ਕਰੇ, ਕਿ ਵਾਕਿਆ ਪੂਰੇ ਪੰਜਾਬ ਵਾਸੀਆਂ ਨੇ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਉਹਨਾਂ ਨੇ ਸਾਡਾ ਡਟ ਕੇ ਸਾਥ ਦਿੱਤਾ। ਬਾਬਾ ਸਾਹਿਬ ਦਾ ਸੰਵਿਧਾਨ ਬਚਾਈਏ, ਆਪਣਾ ਦੇਸ਼ ਬਚਾਈਏ ਅਤੇ ਧੀਆਂ ਭੈਣਾਂ ਦੀ ਇੱਜ਼ਤ ਬਚਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਬੜਾ ਦੁੱਖ ਲੱਗਦਾ ਜਦੋਂ ਇਹ ਗੱਲਾਂ ਕਰੀਏ, ਬੜਾ ਵੱਡਾ ਸਾਰਾ ਹੌਸਲਾ ਕਰਕੇ ਤੁਹਾਡੇ ਨਾਲ ਇਹ ਬੇਨਤੀਆਂ ਕੀਤੀਆਂ ਨੇ। ਬਹੁਤ ਬਹੁਤ ਧੰਨਵਾਦ ਜੀ।